ਉਸੀ ਸੋਨਰੇਖੋ ਕਿਤਾਬ ਰੋਸ਼ਨ ਦਿਮਾਗ ਪਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ 14ਵੇਂ ਭਾਗ ਵਿੱਚ ਸੁਣੋ ਹਰਮੇਸ਼ ਚੰਦਰ ਕਤਲ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਸਾਬਕਾ ਮੁੱਖ ਮੰਤਰੀ ਦਰਬਾਰੇ ਦੇ ਪਿੱਛੇ ਸਰਦਾਰ ਸੰਧੂ ਦਾ ਪਿਸਟਲ ਜੋ ਮੌਜ਼ਰ ਵਜੋਂ ਮਸ਼ਹੂਰ ਹੋਇਆ ਤੇ 13 ਚਕਾਉਣ ਲਈ ਹਾਈਜੈਕਿੰਗ ਦੀ ਸਕੀਮ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮੇਸ਼ ਚੰਦਰ ਕਤਲ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਹਿੰਦ ਸਮਾਚਾਰ ਗਰੁੱਪ ਦੇ ਲਾਲਾ ਜਗਤ ਨਾਰਾਇਣ ਦੇ ਕਤਲ ਤੋਂ ਬਾਅਦ ਸਿੱਖਾਂ ਵਿਰੁੱਧ ਜ਼ਹਿਰ ਉਗਲਣ ਦਾ ਕੰਮ ਉਸ ਦੇ ਪੁੱਤਰ ਹਰਮੇਸ਼ ਚੰਦਰ ਨੇ ਜਾਰੀ ਰੱਖਿਆ ਇਸ ਪ੍ਰਚਾਰ ਦਾ ਸਖਤ ਨੋਟਿਸ ਲੈਂਦੇ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇੱਕ ਵਾਰ ਸਟੇਜ ਤੋਂ ਬੋਲਦਿਆਂ ਕਿਹਾ ਸੀ ਮੈਂ ਇੱਕ ਬੇਨਤੀ ਵੰਗਾਰ ਕੇ ਕਰਨੀ ਚਾਹੁੰਨਾ ਵੰਧਾਰ ਕੇ ਪੱਗਾਂ ਬਧੀਆਂ ਆਪਣੇ ਸਾਰਿਆਂ ਦੇ ਤੇ ਗੁਰੂ ਕੇ ਪੁੱਤਰ ਅਖਵਾਉਣੇ ਆ ਭਾਵੇਂ ਦਾੜ੍ਹੀ ਕਿਸੇ ਦੀ ਕੱਟੀ ਐ ਤੇ ਭਾਵੇਂ ਕਿਸੇ ਦੀ ਰੱਖੀ ਐ ਜੇ ਪੁੱਛੋ ਤਾਂ ਉਹ ਕਹਿੰਦਾ ਜੀ ਮੈਂ ਸਿੰਘਾਂ ਮੈਂ ਸਿੱਖਾਂ ਪੁੱਤਰਾਂ ਗੁਰੂ ਦਾ ਕਈ ਕਹਿੰਦੇ ਜੀ ਇੱਥੇ ਕਹਿ ਦੇਣਾ ਸੁਣਦਾ ਨਹੀਂ ਸੁਣੇਗੀ ਜ਼ਰੂਰ ਜਦੋਂ ਉਹੋ ਜਿਹਾ ਕੰਮ ਹੋਵੇ ਬਹੁਤ ਛੇਤੀ ਸੁਣਦੇ ਆ ਸਿੱਖਾਂ ਨੂੰ ਫਿਰਕਾ ਪ੍ਰਸਤ ਅਤਵਾਦੀ ਮਖਵਾਦੀ ਉਗਰਵਾਦੀ ਕਿਹਾ ਜਾ ਰਿਹਾ ਪਰ ਪੱਗਾਂ ਵਾਲੇ ਵੀਰੋ ਲਾਨ ਤਿਆ ਅੱਜ ਆਪਣੀ ਜ਼ਿੰਦਗੀ ਨੂੰ ਭਰ ਘਾਰਿਆ ਆਪਣੇ ਮਨੁੱਖਾ ਜਨਮ ਨੂੰ ਢੇਲੇ ਦਾ ਲਾਲਾ ਮਰ ਗਿਆ ਉਹਦੀ ਲਾਸ਼ ਉਹਦੇ ਪੁੱਤਰ ਨੂੰ ਦਿੱਤੀ ਗਈ ਉਹ ਮਰਿਆ ਕਿਉਂ ਭਾਵੇਂ ਕੇਸ ਚੱਲਦਾ ਪਈ ਕਹਿੰਦੇ ਅਸਰ ਪਊਗਾ ਪਰ ਪੈਂਦਾ ਰਹੇ ਕੋਈ ਫਰਕ ਨਹੀਂ ਪੈਣਾ ਦੋ ਹੀ ਆ ਅੰਦਰ फांसी ਚੜ ਜਾਣਗੇ ਚੜ ਜਾਣ ਲਾਲਾ ਕਿਉਂ ਮਰਿਆ ਉਹਨੇ ਅਖਬਾਰਾਂ ਚ ਖਬਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਸਹਿਬਜ਼ਾਦਿਆਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲਾ ਸੀ ਬੜਾ ਭਾਰੀ ਸ਼ੌਂਕੀ ਸੀ ਇਹ ਤੋਂ ਮੰਦ ਭਾਸ਼ਾ ਵਰਤੀ ਹੋਰ ਕਿ ਜਦੋਂ ਸੱਚਖੰਡ ਵਾਸੀ ਜ਼ਥੇਦਾਰ ਗਿਆਨੀ ਗੁਰਦੇਵਾਲ ਸਿੰਘ ਦੀ ਅਜਨੂਹਾ ਉਹ ਬਾਹਰ ਗਏ ਤੇ ਕਿਹਾ ਕਿ ਜ਼ਥੇਦਾਰ ਦਾ ਜਿਹੜਾ ਪਾਸਪੋਰਟ ਬਾਹਰ ਦਾ ਬਣਿਆ ਉਹ ਰੱਦ ਕੀਤਾ ਜਾਵੇ ਕੈਂਸਲ ਕੀਤਾ ਜਾਵੇ ਕਿਉਂਕਿ ਜ਼ਥੇਦਾਰ ਜੀ ਦੇਸ਼ ਦੇ ਗद्दार ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਵੀ ਟੋੜਾ ਗद्दार ਆ ਪਰ ਕਿਸੇ ਸਿੱਖ ਦੇ ਕੰਨ ਤੇ ਜੂ ਨਹੀਂ ਸਰਕੀ ਕਿਸੇ ਗਵਰਨਮੈਂਟ ਦੇ ਨਹੀਂ ਸਰਕੀ ਤੇ ਕਿਸੇ ਹਿੰਦੂ ਭਾਈ ਦੇ ਨਹੀਂ ਸਰਕੀ ਸਾਡੇ ਏਸ਼ਨ ਦੇ ਵਿਦਿਆਰਥੀਆਂ ਨੇ ਕੁਝ-ਕੁਝ ਪੱਤਰੇ ਅਖਬਾਰਾਂ ਦੇ ਸਾੜ ਦਿੱਤੇ ਉਹਨਾਂ ਤੇ ਮੀਸਾ ਲੱਗੀ ਤਾਂ ਸਹਾਰੀਆਂ ਤੇ ਫਿਰ ਕਿਸੇ ਗੁਰੂ ਕੇ ਪਿਆਰੇ ਤੋਂ ਲਾਲਾ ਮਾਰਿਆ ਗਿਆ ਆਪਣੇ ਪਿਓ ਦੀ ਬੇਇੱਜ਼ਤੀ ਹੁੰਦੀ ਵੇਖ ਕੇ ਕਿਸੇ ਅਣਖ ਵਾਲਿਆਂ ਨੇ ਲੈ ਕੇ ਗੁਰੂ ਦਾ ਆਸਰਾ ਤੇ ਗੱਡੀ ਚੜਾ ਦਿੱਤਾ ਤੇ ਕਹਿ ਦਿੱਤਾ ਜੀ ਢੰਡਾਂ ਵਾਲੇ ਨੇ ਠਕਵਾ ਦਿੱਤਾ ਉਹਨੂੰ ਮਰਵਾ ਦਿੱਤਾ ਮੈਨੂੰ ਵੀ 25 ਦਿਨ ਰੱਖਿਆ ਤੇ ਮੁੜ ਕੇ ਤਰਲੇ ਮਿੰਤਾ ਕੱਢ ਕੇ ਸੰਗਤ ਦੀ ਇਕਤਤਾ ਨੂੰ ਵੇਖ ਕੇ ਛੱਡ ਦਿੱਤਾ ਸਿੰਘੋ ਬਹੁਤਾ ਕਹਿਣਾ ਯੋਗ ਨਹੀਂ ਕਿਉਂਕਿ ਸੰਤਾ ਨੇ ਬੋਲਣਾ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਉਹਨਾਂ ਦਾ ਪ੍ਰਚਾਰ ਵੀ ਸੁਣ ਕੇ ਜਾਇਓ ਤੇ ਪ੍ਰਧਾਨ ਸਾਹਿਬ ਜੀ ਨੂੰ ਮੈਂ ਬੇਨਤੀ ਜ਼ਰੂਰ ਕਰਾਂਗਾ ਕਿਉਂਕਿ ਉਹ ਆ ਬਜ਼ੁਰਗ ਤੇ ਵੱਡੇ ਆ ਪੋਲਿਟੀਕਲ ਇਮਤਿਹਾਨ ਦੇ ਪਰਚਿਆਂ ਵਿੱਚ ਵੀ ਰਹੇ ਆ ਤੇ ਨਾਂ ਵੀ ਸੰਤ ਆ ਤੇ ਗੁਰਮਤ ਦੇ ਵੀ ਧਾਰਨੀ ਆ ਮੇਰਾ ਬਹੁਤਾ ਕਹਿਣਾ ਉਹਨਾਂ ਨੂੰ ਫੱਬਦਾ ਨਹੀਂ ਕਿਉਂਕਿ ਮੈਂ ਛੋਟਾ ਹਾਂ ਪਰ ਦੁਖੀ ਹਿਰਦੇ ਨਾਲ ਕਈ ਵਾਰ ਵੱਡਿਆਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਇਹ ਸ਼ਾਂਤੀ ਕਿੱਥੋਂ ਕਿ ਤੱਕ ਰੱਖਣੀ ਆ ਆ ਲਾਲਾ ਜਗਤ ਨਾਰੈਣ ਦੀ ਫੋਟੋ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸੱਜੇ ਪਾਸੇ ਲਾਲਾ ਜਗਤ ਨਾਰੈਣ ਦੀ ਫੋਟੋ ਆ ਖੱਬੇ ਪਾਸੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੋਟੋ ਆ ਉਹ ਇੱਕ ਥੇਲੇ ਦਾ ਬੰਦਾ ਨਾ ਮਾਂ ਨਾ ਪਿਓ ਨਾ ਪੁਛੋਕੜ ਨਾ ਲੈਣ ਨਾ ਦੇਣ ਉਹ ਪਿਤਾ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਉਹਦਾ ਪੁੱਤਰ ਰਮੇਸ਼ ਫੋਟੋਸ਼ਾਪੇ ਖਾ ਕਿੰਨੇ ਸਿੱਖ ਬੈਠੇ ਆ ਕਦੇ ਕਿਸੇ ਸਿੱਖ ਨੇ ਕ੍ਰਿਸ਼ਨ ਭਗਵਾਨ ਦੇ ਬਰਾਬਰ ਹਰਾਮਚੰਦਰ ਜੀ ਦੇ ਬਰਾਬਰ ਫੋਟੋ ਛਾਪਣ ਦੀ ਜ਼ਰੂਰਤ ਕੀਤੀ ਆ ਇਹ ਮੈਂ ਰਮੇਸ਼ ਨੂੰ ਦੱਸਣਾ ਚਾਹੁੰਦਾ ਇਹ ਗਵਰਨਮੈਂਟ ਨੂੰ ਵੀ ਕਹਿਣਾ ਚਾਹੁੰਦਾ ਹਾਂ ਜਾਂ ਤਾਂ ਲਿਖਤੀ ਰੂਪ ਵਿੱਚ ਅਰਸੋ ਤੱਕ ਜਾਂ ਚੌਥੇ ਤੱਕ ਇਹ ਤਾਂ ਮਾਫੀ ਮੰਗ ਲਵੋ ਸਿੱਖ ਕੌਮ ਤੋਂ ਤੇ ਚੰਗਾ ਜੇ ਲਾਲੇ ਦੇ ਪੁੱਤਰ ਰਮੇਸ਼ ਨੇ ਆਪਣੀ ਇਸ ਕੀਤੀ ਹੋਈ ਗਲਤੀ ਦਾ ਅਹਿਸਾਸ ਕਰਕੇ ਇਹ ਸਿੱਖ ਕੌਮ ਤੋਂ ਮਾਫੀ ਨਾ ਮੰਗੀ ਤੇ ਉਹਦੀ ਜ਼ਿੰਮੇਵਾਰੀ ਗਵਰਨਮੈਂਟ ਤੇ ਫਿਰ ਰਮੀਟ ਦੇ जिम्मे ਹੋਵੇਗੀ ਇਹ ਮੇਰੇ जिम्मे ਤੇ ਸਿੱਖ ਕੌਮ ਦੇ जिम्मे ਨਹੀਂ ਹੋਵੇਗੀ ਸੰਗਤ ਵਿੱਚੋਂ ਜਕਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਬਹੁਤ ਸ਼ਾਂਤੀ ਰੱਖੀ ਆ ਉਹਨਾਂ ਪੁਣਾ ਸਾਡੇ ਜ਼ਖਮਾਂ ਤੇ ਨਮਕ ਬਰੀਕ ਭੁਗਣਾ ਅਸੀਂ ਹੁਸਰਿਆਂ ਦੇ ਪੋਤਾ ਹੈ ਨਹੀਂ ਇਹਨਾਂ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਮੁੱਠਾ ਭਰ ਭਰ ਕੇ ਲੋਣ ਦੀਆਂ ਸਾਡੇ ਜ਼ਖਮਾਂ ਤੇ ਨਾ ਪਾਓ ਭਾਵੇਂ ਪ੍ਰਧਾਨ ਜੀ ਕਹਿ ਰਿਹਾ ਸ਼ਾਂਤੀ ਸ਼ਾਂਤੀ ਪਰ ਜੇ ਸਮਾਂ ਆ ਗਿਆ ਤੇ ਇਸ ਤਰ੍ਹਾਂ ਰਿਹਾ ਮੈਂ ਵੀ ਭਾਵੇਂ ਨਾਨਕਨਵਾਸ 'ਚ ਬੈਠਾ ਕਈ ਜਮਾ ਪਰ ਗੁਰੂ ਕੇ ਕਿਸੇ ਪਿਆਰੇ ਤੋਂ ਰੋਕਿਆ ਰੁਕਣਾ ਨਹੀਂ ਇਹ ਮੈਂ ਜ਼ਰੂਰ ਕਹਿਣਾ ਜੇ ਇਹੋ ਜਿਹਾ ਕੰਮ ਕਰਨ ਵਾਲੇ ਨੂੰ ਕਿਸੇ ਗੁਰੂ ਕੇ ਪੁੱਤ ਨੇ ਡਾਂਡ ਦਿੱਤਾ ਮੈਂ ਉਹਨੂੰ ਆਪਣੀ ਛਾਤੀ ਨਾਲ ਜ਼ਰੂਰ ਲਾਵਾਂਗਾ ਪ੍ਰਧਾਨ ਜੀ ਆਪਣੀ ਜ਼ਿੰਮੇਵਾਰੀ ਆਪ ਸਟੇਜ ਤੋਂ ਰਸਣਗੇ ਸੰਤਾਂ ਦੀ ਪੁਰਾਣੀ ਤਕਰੀਰ ਸੰਤ ਭਿੰਡਰਾਂ ਵਾਲਿਆਂ ਦੇ ਨਜ਼ਦੀਕੀ ਪੱਤਰਕਾਰ ਮਹਿੰਦਰ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਆਪਣੇ ਭਰੋਸੇਯੋਗ ਸਾਥੀ ਸਰਦਾਰ ਗੁਰਵਿੰਦਰ ਸਿੰਘ ਪੋਲਾ ਦੀ ਰਮੇਸ਼ ਨੂੰ ਸੋਧਣ ਵਾਸਤੇ ਡਿਊਟੀ ਲਾ ਦਿੱਤੀ ਨਹੀਂ ਰੱਖੀ ਗਈ। ਇਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਦਾ ਪੁੱਤਰ ਰਮੇਸ਼ ਚੰਦਰ ਜਿਹੜਾ ਕਿ ਆਪਣੇ ਪਿਓ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਸਿੱਖਾਂ ਵਿਰੁੱਧ ਜ਼ਹਿਰ ਉਗਲਦਾ ਸੀ ਉਸ ਨੂੰ 12 ਮਈ 1984 ਨੂੰ ਦਲੰਦਰ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਇਸ ਐਕਸ਼ਨ ਵਿੱਚ ਵੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਨਜ਼ਦੀਕੀ ਗੁਰਵਿੰਦਰ ਸਿੰਘ ਭੋਲਾ ਦਾ ਮੁੱਖ ਰੋਲ ਸੀ ਭਾਈ ਗੁਰਿੰਦਰ ਸਿੰਘ ਭੋਲਾ ਇਸ ਐਕਸ਼ਨ ਸਮੇਂ ਗੋਲੀਆਂ ਚਲਾਉਂਦਾ ਹੋਇਆ ਹਰਮੇਸ਼ ਚੰਦਰ ਦੀ ਕਾਰ ਦੇ ਬੋਂਟ ਤੇ ਚੜ ਗਿਆ ਸੀ ਗ੍ਰੇਡਿਸ਼ਨ ਦੇ ਸਾਬਕਾ ਲੀਡਰ ਸਰਬਜੀਤ ਸਿੰਘ ਸੋਲ ਦਾ ਕਹਿਣਾ ਹੈ ਕਿ ਐਕਸ਼ਨ ਕਰਨ ਦੇ ਸਮੇਂ ਭਾਈ ਗੁਰਿੰਦਰ ਸਿੰਘ ਭੋਲਾ ਦੇ ਸਰੀਰ ਵਿੱਚ ਜਿਵੇਂ ਕੋਈ ਬਿਜਲੀ ਆ ਜਾਂਦੀ ਸੀ ਤੇ ਉਸ ਦੀ ਫੁਰਤੀ ਪੱਥਰੋਂ ਬਾਹਰੀ ਹੋ ਜਾਂਦੀ ਸੀ ਭੋਲੇ ਦੇ ਨਾਲ ਭਾਈ ਲਾਭ ਸਿੰਘ ਪੰਜਵੜ ਭਾਈ ਸਵਰਨ ਸਿੰਘ ਅਲਾਦੀਨਪੁਰ ਅਤੇ ਭਾਈ ਦਲਜੀਤ ਸਿੰਘ ਬੋਧੂ ਸਨ ਇਹ ਕਤਲ ਕੇਸ ਭਾਈ ਗੁਰਿੰਦਰ ਸਿੰਘ ਭੋਲਾ ਭਾਈ ਲਾਭ ਸਿੰਘ ਪੰਜਵੜ ਭਾਈ ਸਵਰਨਜੀਤ ਸਿੰਘ ਅਤੇ ਭਾਈ ਦਲਜੀਤ ਸਿੰਘ ਬੋਧੂ ਚੌਹਾਂ ਤੇ ਚਲਿਆ ਵਿਦੇਸ਼ੀ ਪੱਤਰਕਾਰ ਨਾਲ ਗੱਲਬਾਤ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੋਂ ਬਾਅਦ ਪੁਤਰਕਾਰਾਂ ਦੀ ਖੇਚ ਦਾ ਦੂਜਾ ਕੇਂਦਰ ਹਰਮਿੰਦਰ ਸਿੰਘ ਸੰਧੂ ਹੁੰਦਾ ਸੀ ਸਥਾਨਕ ਪੱਤਰਕਾਰ ਤਾਂ ਸੰਧੂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਗਏ ਉਸ ਦੇ ਦੋਸਤ ਹੀ ਬਣ ਜਾਂਦੇ ਸਨ ਜਦੋਂ ਕਿ ਵਿਦੇਸ਼ੀ ਪੱਤਰਕਾਰ ਵੀ ਉਸ ਨਾਲ ਗੱਲਬਾਤ ਕਰਨ ਵਿੱਚ ਖਾਸ ਰੁਚੀ ਦਿਖਾਉਂਦੇ ਸਨ ਅਨੇਕਾਂ ਵਿਦੇਸ਼ੀ ਪੱਤਰਕਾਰਾਂ ਨੇ ਸੰਧੂ ਨਾਲ ਇੰਟਰਵਿਊ ਕੀਤੀਆਂ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਵਿਦੇਸ਼ੀ ਖਬਰ ਏਜੰਸੀ ਬੀਬੀਸੀ ਦੇ ਪੱਤਰਕਾਰ ਨਾਲ ਇੱਕ ਗੱਲਬਾਤ ਦੀ ਵੀਡੀਓ ਉਪਲਬਧ ਹੈ ਜਿਸ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਤਾਰਮ ਆਪਣੀ ਬੀਬੀ ਪਰਮਜੀਤ ਕੌਰ ਜੀ ਦੀ ਵੀ ਇੱਕ ਝਲਕ ਦੇਸਦੀ ਹੈ ਜਿਸ ਤੋਂ ਸਪਸ਼ਟ ਹੈ ਕਿ ਗੱਲਬਾਤ ਮਈ 1984 ਵਿੱਚ ਹੋਈ ਹੈ ਇਸ ਗੱਲਬਾਤ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਦੋ ਗੱਲਾਂ ਬਹੁਤ ਸਪਸ਼ਟ ਕਹੀਆਂ ਹਨ ਅਤੇ ਇਹਨਾਂ ਦੋਹਾਂ ਵਿੱਚ ਹੀ ਕੋਹਦੀ ਦੂਰ ਦ੍ਰਿਸ਼ਟੀ ਸਪਸ਼ਟ ਦਿਖਦੀ ਹੈ ਪਹਿਲੀ ਗੱਲ ਜੋ ਉਸਨੇ ਸਪਸ਼ਟ ਕਹੀ ਹੈ ਕਿ ਸਿੱਖਾਂ ਦਾ ਸੰਘਰਸ਼ ਪ੍ਰਭੂ ਸਤਾ ਜਿਸ ਦਾ ਭਾਵ ਆਪਣੀ ਆਜ਼ਾਦ ਬਾਦਸ਼ਾਹੀ ਹੈ ਦੇ ਲਈ ਹੈ ਦੂਜੀ ਗੱਲ ਇਸ ਮੁਲਾਕਾਤ ਵਿੱਚ ਸਰਦਾਰ ਸੰਧੂ ਨੇ ਇਹ ਕਹੀ ਕਿ ਜੇਕਰ ਦਰਬਾਰ ਸਾਹਿਬ ਤੇ ਹਮਲਾ ਕੋਈ ਫੌਜੀ ਐਕਸ਼ਨ ਕੀਤਾ ਜਾਂਦਾ ਹੈ ਤਾਂ ਮਿਸ਼ਸ ਗਾਂਧੀ ਨੂੰ ਇਸ ਦੇ ਅਣਕਿਆਸੇ ਸਿੱਟੇ ਭੁਗਤਣੇ ਪੈਣਗੇ ਤੇ ਸੱਚਮੁੱਚ ਫੌਜੀ ਹਮਲੇ ਤੋਂ 4-5 ਮਹੀਨੇ ਵਿੱਚ ਹੀ ਇੰਦਰਾ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਇਤਿਹਾਸ ਗਵਾਹ ਹੈ ਕਿ ਦਰਬਾਰ ਸਾਹਿਬ ਤੇ ਭਾਰਤੀ ਹਮਲੇ ਤੋਂ ਬਾਅਦ ਸਰਦਾਰ ਹਰਮਿੰਦਰ ਸਿੰਘ ਸੰਧੂ ਦੀਆਂ ਆਖੀਆਂ ਇਹ ਦੋਵੇਂ ਹੀ ਗੱਲਾਂ ਵਰਤਕ ਹਕੀਕਤ ਬਣ ਗਈਆਂ ਸਾਬਕਾ ਮੁੱਖ ਮੰਤਰੀ ਦਰਬਾਰੇ ਦੇ ਪਿੱਛੇ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਦੀ ਸ਼ਕਲ ਸੂਰਤ ਭਾਵੇਂ ਸਿੱਖਾਂ ਵਾਲੀ ਸੀ ਪਰ ਭਾਰਤੀ ਕੁਹਾੜੇ ਦਾ ਦਸਤਾ ਬਣ ਕੇ ਉਸ ਨੇ ਸਿੱਖ ਜਵਾਨੀ ਉੱਤੇ ਇੰਨੇ ਜ਼ੁਲਮ ਕੀਤੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਣਾ ਵਾਲੇ ਸਪੇਜਾਂ ਤੇ ਉਸ ਨੂੰ ਜਕਰੀਆ ਕਹਿ ਕੇ ਸੰਬੋਧਨ ਕਰਦੇ ਸਨ ਬਾਅਦ ਵਿੱਚ ਉਸ ਨੂੰ ਵਰਤ ਕੇ ਉਹਦੀ ਸਰਕਾਰ ਵੀ ਤੋੜ ਦਿੱਤੀ ਗਈ ਉਹ ਦਿੱਲੀ ਜਾ ਕੇ ਰਹਿਣ ਲੱਗਾ ਰਮੇਸ਼ ਦੇ ਕਤਲ ਤੋਂ ਬਾਅਦ ਸੰਤ ਭਿੰਡਰਾਂਵਾਲਿਆਂ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਦਿੱਲੀ ਜਾ ਕੇ ਦਰਬਾਰੇ ਨੂੰ ਸੋਧਣ ਲਈ ਇੱਕ ਟੀਮ ਤਿਆਰ ਕਰਕੇ ਦਿੱਲੀ ਭੇਜੀ ਇਸ ਟੀਮ ਵਿੱਚ ਭਾਈ ਮਥਰਾ ਸਿੰਘ ਭਾਈ ਗੁਰਿੰਦਰ ਸਿੰਘ ਭੋਲਾ ਪਟ્રોલ ਭਾਈ ਦਲਦੀਪ ਸਿੰਘ ਬੋਧੂ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਭਾਈ ਲਾਭ ਸਿੰਘ ਭਾਈ ਵਿਰਸਾ ਸਿੰਘ ਵਲਟੋਹਾ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਸ਼ਾਮਲ ਸਨ ਇੱਕ ਅਟੈਚੀ ਜਿਸ ਵਿੱਚ ਸਟੇਨ ਗਨ ਹਾਮਸਨ ਗਨ ਕੁਝ ਪਿਸਟਲ ਅਤੇ ਗਰਨੇਡ ਸਨ ਲੈ ਕੇ ਇਹ ਸਿੰਘ تین ਟੀਮਾਂ ਬਣਾ ਕੇ ਆਪੋ ਆਪਣੇ ਸਾਧਨਾਂ ਰਾਹੀਂ ਦਿੱਲੀ ਪਹੁੰਚ ਗਏ ਗੁਰਦੁਆਰਾ ਸੀਸਗੰਜ ਵਿਖੇ ਭਾਈ ਬਲਬੀਰ ਸਿੰਘ ਰਾਗੀ ਭਾਈ ਅਮਰਜੀਤ ਸਿੰਘ ਚਾਵਲਾ ਦੇ ਵਾਕਿਫ ਸਨ ਉਹਨਾਂ ਕੋਲ ਰੁਕੇ ਤਾਂ ਉਹਨਾਂ ਨੇ ਦੱਸਿਆ ਕਿ ਸਿਵਲ ਕੱਪੜਿਆਂ ਵਿੱਚ ਪੰਜਾਬ ਦੇ ਕੁਝ ਉਫੀਆ ਜਾਂ ਪੁਲਿਸ ਮੁਲਾਜ਼ਮ ਇਹ ਕੰਸੂਆਂ ਲੈਂਦੇ ਫਿਰ ਰਹੇ ਹਨ ਕਿ ਇੱਥੇ ਪੰਜਾਬ ਤੋਂ ਕੋਈ ਨੌਜਵਾਨ ਤਾਂ ਨਹੀਂ ਆਏ ਇਹ ਸੁਣ ਕੇ ਇਹਨਾਂ ਸਾਰਿਆਂ ਨੇ ਦਿੱਲੀ ਦੇ ਗੁਰਦੁਆਰਾ ਸੀਸਗੰਜ ਠਹਿਰਨ ਦਾ ਵਿਚਾਰ ਬਦਲ ਦਿੱਤਾ ਅਤੇ ਗੁਰਦੁਆਰਾ ਮਜਨੂ ਕਾ ਟਿੱਲਾ ਜਾ ਪਹੁੰਚੇ। ਉੱਥੇ ਵੀ ਇੱਕ ਸਿੰਘ ਨੇ ਕੁਝ ਖੁਫੀਆ ਮੁਲਾਜ਼ਮਾਂ ਬਾਰੇ ਦੱਸਿਆ ਤਾਂ ਫਿਰ ਸਾਰੇ ਉੱਥੋਂ ਵੀ ਨਿਕਲ ਗਏ। ਹੁਣ ਸਲਾਹ ਕਰਕੇ ਸਾਰਾ ਸਮਾਨ ਲੈ ਕੇ ਹਰਮਿੰਦਰ ਸਿੰਘ ਗਿੱਲ ਦੇ ਵਾਕਬ ਇੱਕ ਬਜ਼ੁਰਗ ਜੋੜੇ ਦੇ ਕੋਲ ਜਾ ਪਹੁੰਚੇ। ਉਸ ਬਜ਼ੁਰਗ ਜੋੜੇ ਦੇ ਘਰ ਉਹਨਾਂ ਨੂੰ ਬਿਨਾਂ ਕੁਝ ਦੱਸਿਆ ਕਈ ਦਿਨ ਉੱਥੇ ਰਹੇ। ਆਨੰਦ ਦੇ ਹਿਵਾਰ ਵਿਖੇ ਦਰਬਾਰਾ ਸਿੰਘ ਦੀ ਰਹਿائش ਬਾਰੇ ਸੂਹ ਕੱਢਦੇ ਰਹੇ। ਇਥੇ ਇਸ ਕੰਮ ਲਈ ਸਾਰੀ ਜਾਣਕਾਰੀ ਜੁਟਾਉਣ ਲਈ ਕੁਝ ਦਿਨ ਲੱਗਣੇ ਸਨ ਇਸ ਲਈ ਭਾਈ ਗੁਰਿੰਦਰ ਸਿੰਘ ਭੋਲਾ ਅਤੇ ਭਾਈ ਦਲਜੀਤ ਸਿੰਘ ਬੋਧੂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਇੱਕ ਕੰਮ ਕਰ ਆਈਏ ਉਹਨਾਂ ਨੇ ਆਖਿਆ ਕਿ ਤੁਸੀਂ ਸਾਰੀ ਸੂਹ ਕਢੋ ਅਸੀਂ ਪੰਜਾਬ ਸਿਰਫ ਆਉਣ ਜਾਣ ਹੀ ਕਰਨਾ ਹੈ ਭਾਈ ਗੁਰਿੰਦਰ ਸਿੰਘ ਭੋਲਾ ਤੇ ਬੋਧੂ ਪਹਿਲਾਂ ਤਰਨਤਾਰਨ ਗਏ ਫੁਕਤ ਕੰਮ ਕਰਕੇ ਉਹ ਕਾਰਾਹੀ ਉਹ ਤੋਂ ਵਾਪਸ ਦਿੱਲੀ ਆ ਰਹੇ ਸਨ ਪੰਜ ਡਿਆਲੇ ਨਾਕੇ ਤੇ ਥਾਣੇਦਾਰ ਮੋਹਨ ਸਿੰਘ ਦੀ ਅਗਵਾਹੀ ਵਿੱਚ ਪੁਲਿਸ ਨੇ ਉਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਗ੍ਰਿਫਤਾਰੀ ਦਾ ਪਤਾ ਲੱਗਣ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਦਿੱਲੀ ਵਿੱਚ ਰੁਕੇ ਹੋਏ ਸਿੰਘਾਂ ਨਾਲ ਸੰਪਰਕ ਕਾਇਮ ਕਰਕੇ ਉਹਨਾਂ ਨੂੰ ਤੁਰੰਤ ਵਾਪਸ ਆ ਜਾਣ ਦਾ ਹੁਕਮ ਦਿੱਤਾ ਭਾਵੇਂ ਕਿ ਭਾਈ ਗੁਰਿੰਦਰ ਸਿੰਘ ਭੋਲਾ ਅਤੇ ਦਲਜੀਤ ਸਿੰਘ ਬੋਧੂ ਉੱਪਰ ਪੂਰਾ ਵਿਸ਼ਵਾਸ ਸੀ ਕਿ ਭਾਵੇਂ ਕਿੰਨਾ ਵੀ ਤਸ਼ੱਦਦ ਹੋਵੇ ਉਹ ਮੂੰਹ ਨਹੀਂ ਖੋਲਣਗੇ ਪਰ ਦੁਝਾਰੂ ਅਤੇ ਗੁਰੀਲਾ ਨੀਤੀ ਦਾ ਅਸੂਲ ਹੁੰਦਾ ਹੈ ਕਿ ਜੇਕਰ ਗਰੁੱਪ ਵਿੱਚੋਂ ਕੋਈ ਮੈਂਬਰ ਫੜਿਆ ਜਾਵੇ ਉਹਨਾਂ ਉਸ ਦੀ ਜਾਣਕਾਰੀ ਵਾਲੀਆਂ 18 ਤੇ ਰੁਕੇ ਹੋਏ ਸਾਥੀ ਅਤੇ ਸਮਾਨ ਉਥੋਂ ਆਸ-ਪਾਸੇ ਕਰ ਲੈ ਜਾਣ। ਸੁਨੇਹਾ ਮਿਲਣ ਤੇ ਦਿੱਲੀ ਵਿੱਚ ਰੁਕੇ ਹੋਏ ਬਾਕੀ ਸਾਰੇ ਹੀ ਸਿੰਘ ਹਥਿਆਰ ਉਥੇ ਹੀ ਸਰਦਾਰ ਸੰਧੂ ਦੇ ਦੱਸੇ ਇੱਕ ਸੁਰੱਖਿਅਤ ਪਿਕਾਣੇ ਤੇ ਸੰਭਾਲ ਕੇ ਵਾਪਸ ਅੰਮ੍ਰਿਤਸਰ ਆ ਗਏ। ਉਧਰੋਂ ਭਾਈ ਭੋਲੇ ਹੋਰਾਂ ਦੇ ਫੜੇ ਜਾਣ ਪਿੱਛੋਂ ਭਾਈ ਅਮਰੀਕ ਸਿੰਘ ਹੋਰਾਂ ਨੇ ਇੱਕ ਚਿੱਠੀ ਲਿਖ ਕੇ ਜੰਡਿਆਲੇ ਦੇ ਥਾਣੇਦਾਰ ਨੂੰ ਭੇਜੀ ਜਿਸ ਵਿੱਚ ਫੜੇ ਗਏ ਸਿੰਘਾਂ ਦਾ ਇਸੇ ਵੀ ਤਰ੍ਹਾਂ ਦਾ ਨੁਕਸਾਨ ਕਰਨ ਵਿਰੁੱਧ ਤਾੜਨਾ ਕੀਤੀ। ਸੂਤਰਾ ਅਨੁਸਾਰ ਥਾਣੇਦਾਰ ਨੇ ਚਿੱਠੀ ਲਿਜਾਣ ਵਾਲੇ ਸਿੰਘ ਨੂੰ ਕਾਫੀ ਮੰਦੀ ਭਾਸ਼ਾ ਬੋਲੀ। ਇਸ ਕਾਰਨ ਜਿਉਂ ਹੀ ਦਿੱਲੀ ਵਾਲੇ ਸਿੰਘ ਵਾਪਸ ਪਹੁੰਚੇ ਉਹਨਾਂ ਦੀ ਡਿਊਟੀ ਜੰਡਿਆਲੇ ਦੇ ਇਸ ਥਾਣੇਦਾਰ ਨੂੰ ਸੋਧਣ ਦੀ ਲੱਗ ਗਈ। ਭਾਈ ਗੁਰਿੰਦਰ ਸਿੰਘ ਭੋਲਾ ਅਤੇ ਦਿਲਜੀਤ ਸਿੰਘ ਬੋਦੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਇਧਰੋਂ ਭਾਈ ਵਿਰਸਾ ਸਿੰਘ ਵਟੋਆ ਤੇ ਮਨਜੀਤ ਸਿੰਘ ਭੋਮਾ ਜੰਡਿਆਲੇ ਦੇ ਥਾਣੇਦਾਰ ਨੂੰ ਸੋਧਣ ਪਹੁੰਚ ਗਏ। ਇਹਨਾਂ ਸਿੰਘਾਂ ਨੇ ਉਸ ਦੇ ਘਰ ਦੇ ਅੱਗੇ ਹੀ ਕੋਸ ਨੂੰ ਜਾ ਕੇ ਰਿਆ ਤੇ ਫਾਇਰਿੰਗ ਕੀਤੀ ਗੋਲੀਆਂ ਵੱਜਣ ਨਾਲ ਆਣੇਦਾਰ ਸਖਤ ਜ਼ਖਮੀ ਹੋ ਗਿਆ ਕੇ ਸਿੰਘ ਉਥੋਂ ਬਚ ਕੇ ਨਿਕਲ ਗਏ ਪਹਿਲਾ ਚਾਟੀਵੈਂਡ ਪਹੁੰਚੇ ਤੇ ਫਿਰ ਆਪਣੇ ਟਿਕਾਣੇ ਤੇ ਪਹੁੰਚ ਗਏ ਸਰਦਾਰ ਸੰਧੂ ਦਾ ਪਿਸਤਲ ਜੋ ਮੌਜਰ ਵਜੋਂ ਮਸ਼ਹੂਰ ਹੋਇਆ ਬਿੱਲੀ ਵਿੱਚ ਦਰਬਾਰੇ ਨੂੰ ਸੋਧਣ ਗਈ ਟੀਮ ਜਿਹੜੇ ਹਥਿਆਰ ਉਥੇ ਸੁਰੱਖਿਅਤ ਜਗ੍ਹਾ ਤੇ ਰੱਖ ਕੇ ਵਾਪਸ ਆ ਗਈ ਸੀ ਉਹਨਾਂ ਹਥਿਆਰਾਂ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਪਿਸਤਲ ਵੀ ਸੀ ਜਿਸ ਨਾਲ ਸਿੰਘਾਂ ਨੇ ਕਈ ਐਕਸ਼ਨ ਕੀਤੇ ਕੁਝ ਸਿੰਘਾਂ ਦੇ ਦੱਸਣ ਅਨੁਸਾਰ ਇਹ ਪਿਸਟਲ ਪੀ ਦਾ ਪਿਸਟਲ ਸੀ ਉਦੋਂ ਆਮ ਮੈਗਜ਼ੀਨ ਪੈਂਦਾ ਹੋਣ ਕਰਕੇ ਪਿਸਟਲ ਨੂੰ ਕੁਝ ਲੋਕ ਮੌਜਰ ਕਹਿ ਦਿਆ ਕਰਦੇ ਸਨ ਕਈ ਮੈਗਜ਼ੀਨਾਂ ਵਿੱਚ ਇਸ ਸ਼ਸਤਰ ਨੂੰ ਮੌਜਰ ਹੀ ਲਿਖਿਆ ਹੈ ਸਿੰਘਾਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਕੋਈ ਕੋਈ ਲੋਹਾ ਵੀ ਚੰਗਾ ਹੁੰਦਾ ਜਿਸ ਨਾਲ ਕਈ ਨਿਸ਼ਾਨੇ ਸਾਰ ਹੁੰਦੇ ਹਨ ਅਤੇ ਸਾਰੇ ਸਿੰਘ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਪਿਸਟਲ ਨੂੰ ਕਰਮਾ ਵਾਲਾ ਮੰਨਦੇ ਸਨ ਭਾਈ ਭੋਲਾ ਤੇ ਬੋਧੂ ਨੂੰ ਗ੍ਰਿਫਤਾਰੀ ਤੋਂ ਬਾਅਦ ਜਦੋਂ ਟਾਰਚਰ ਵਿੱਚ ਦਿੱਲੀ ਵਿੱਚ ਕੀਤੇ ਜਾਣ ਵਾਲੇ ਇਸ ਐਕਸ਼ਨ ਬਾਰੇ ਕੁਝ ਨਾ ਦੱਸਿਆ ਤੇ ਜੇਲ੍ਹ ਪਹੁੰਚ ਗਏ ਤਾਂ ਇਸ ਟੀਮ ਨੇ 1 ਜੂਨ ਨੂੰ ਫਿਰ ਦਿੱਲੀ ਜਾ ਕੇ ਇਹਨਾਂ ਹਥਿਆਰਾਂ ਨਾਲ ਦਰਬਾਰੇ ਦੀ ਸੁਧਾਈ ਦਾ ਮਿੱਥਿਆ ਟੀਚਾ ਪੂਰਾ ਕਰਨ ਦਾ ਮਤਾ ਪਕਾਇਆ ਪਰ 1 ਜੂਨ ਨੂੰ CRPF ਨੇ ਸ੍ਰੀ ਦਰਬਾਰ ਸਾਹਿਬ ਉੱਤੇ 7 ਘੰਟੇ ਲਗਾਤਾਰ ਗੋਲੀ ਚਲਾ ਕੇ ਇੱਕ ਤਰ੍ਹਾਂ ਨਾਲ ਹਮਲੇ ਦਾ ਆਰੰਭ ਕਰ ਦਿੱਤਾ ਇਸ ਕਾਰਨ ਇਹ ਟੀਮ ਦਿੱਲੀ ਨਾ ਜਾ ਸਕੀ ਇਸ ਟੀਮ ਵਿੱਚੋਂ ਭਾਈ ਬਖਸ਼ੀ ਸਿੰਘ ਮਾਲੂਵਾਲ ਸ਼ਹੀਦ ਹੋ ਗਏ। ਅਸਲ ਵਿੱਚ ਇਹ 30 ਬੋਰ ਦਾ ਮੈਗਜ਼ੀਨ ਵਾਲਾ ਚੀਨੀ ਪਿਸਤੌਲ ਸੀ ਜਿਸ ਦੀ ਚਰਚਾ ਮੀਡੀਆ ਨੇ ਮੌਜਰ ਕਹਿ ਕੇ ਕਰ ਦਿੱਤੀ ਤੇ ਇਹ ਸੰਧੂ ਦੇ ਮੌਜਰ ਵਜੋਂ ਚਰਚਾ ਦਾ ਵਿਸ਼ਾ ਬਣਿਆ। ਮੌਜਰ ਇੱਕ ਵਿਸ਼ੇਸ਼ ਬੰਤਰ ਵਾਲੇ ਛੋਟੇ ਹਥਿਆਰ ਦਾ ਖਾਸ ਨਾਮ ਹੈ। ਜਦੋਂ ਕਿ ਬਾਕੀ ਸਾਰੇ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਭੇਜ ਦਿੱਤੇ ਗਏ, ਉਹ ਅਸਲਾ ਦਿੱਲੀ ਵਿੱਚ ਉਕਤ ਠਾਲ ਉੱਤੇ ਹੀ ਪਿਆ ਰਿਹਾ। ਇਸ ਟੀਮ ਵਿੱਚੋਂ ਭਾਈ ਮਥਰਾ ਸਿੰਘ ਹੋਈ ਦੇ ਹੱਥ ਨਹੀਂ ਆਇਆ ਅਤੇ ਬਾਹਰ ਨਿਕਲਿਆ ਇਸ ਤੋਂ ਬਾਅਦ ਭਾਈ ਮਥਰਾ ਸਿੰਘ ਭਾਈ ਹਰਜਿੰਦਰ ਸਿੰਘ ਦਿੰਦਾ ਆਈ ਸੁਖਦੇਵ ਸਿੰਘ ਸੁਖਾ ਹੋਰੀ ਦਿੱਲੀ ਇਕੱਠੇ ਹੋਏ ਭਾਈ ਮਥਰਾ ਸਿੰਘ ਨੂੰ ਪਤਾ ਸੀ ਕਿ ਉਹ ਸਾਰੇ ਹਥਿਆਰ ਕਿਸ ਠਾਰ ਤੇ ਪਏ ਹਨ ਭਾਈ ਮਥਰਾ ਸਿੰਘ ਹੋਰਾਂ ਨੇ ਆਪਣੇ ਤੌਰ ਤੇ ਉਹ ਹਥਿਆਰ ਪ੍ਰਾਪਤ ਕਰਨ ਦਾ ਯਤਨ ਕੀਤਾ ਪਰ ਉਹ ਮਥਰਾ ਸਿੰਘ ਨੂੰ ਜਾਣਦੇ ਨਹੀਂ ਸਨ ਇਸ ਲਈ ਉਹਨਾਂ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਭਾਈ ਮਥਰਾ ਸਿੰਘ ਨੂੰ ਇਹ ਪਤਾ ਸੀ ਕਿ ਹਥਿਆਰ ਇਨਾਂ ਕੋਲ ਹੀ ਪਏ ਹਨ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਬਿਨਾ ਜਾਣ ਪਛਾਣ ਤੋਂ ਉਹ ਹਥਿਆਰ ਉਹਨਾਂ ਕੋਲ ਹੁਣ ਬਾਰੇ ਮੰਨਣਗੇ ਹੀ ਵੀ ਨਹੀਂ ਸੰਘਰਸ਼ ਦਾ ਅਸੂਲ ਵੀ ਇਹੀ ਹੁੰਦਾ ਹੈ ਅਖੀਰ ਭਾਈ ਮਥਰਾ ਸਿੰਘ ਹੋਰਾਂ ਨੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਪਰਿਵਾਰ ਨਾਲ ਸੰਪਰਕ ਕੀਤਾ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਪਿਤਾ ਦਲ ਸਿੰਘ ਉਦੋਂ ਸਰਦਾਰ ਸੰਧੂ ਦੀ ਮੁਲਾਕਾਤ ਲਈ ਅਜਮੇਰ ਜੇਲ੍ਹ ਵਿੱਚ ਆਉਣ ਜਾਣ ਲੱਗ ਪਏ ਸਨ ਅਖੀਰ 'ਚ ਸਰਦਾਰ ਦਲ ਸਿੰਘ ਰਾਹੀਂ ਸਰਦਾਰ ਹਰਮਿੰਦਰ ਸਿੰਘ ਸੰਧੂ ਤੱਕ ਭਾਈ ਮਥਰਾ ਸਿੰਘ ਹੋਰਾਂ ਦਾ ਸੁਨੇਹਾ ਪਹੁੰਚਿਆ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਤੁਰੰਤ ਆਪਣੇ ਪਿਤਾ ਸਰਦਾਰ ਦਲ ਸਿੰਘ ਸੰਧੂ ਰਾਹੀਂ ਸਾਰਾ ਪ੍ਰਬੰਧ ਕਰਕੇ ਇੱਕ ਵਿਸ਼ਵਾਸ ਕਰਨਯੋਗ ਸੁਨੇਹਾ ਉਕਤ ਪਰਵਾਹ ਨੂੰ ਭੇਜ ਦਿੱਤਾ ਅਤੇ ਸਮਾਨ ਮਥਰਾ ਸਿੰਘ ਨੂੰ ਦੇ ਦੇਣ ਲਈ ਕਹਿ ਦਿੱਤਾ ਹੁਣ ਭਾਈ ਮਥਰਾ ਸਿੰਘ ਹੋਣੀ ਦਿੱਲੀ ਵਿਜਲੀ ਉਕਤ ਠਾਰ ਤੇ ਪਹੁੰਚੇ ਠਾਰ ਵਾਲਿਆਂ ਨੇ ਸਾਰਾ ਸਮਾਨ ਭਾਈ ਮਥਰਾ ਸਿੰਘ ਨੂੰ ਦੇ ਦਿੱਤਾ ਹੁਣ ਦਿੱਲੀ ਵਿੱਚ ਭਾਈ ਮਥਰਾ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਗਰੁੱਪ ਨੂੰ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਚਮਤਕਾਰੀ ਕਹੇ ਜਾਂਦੇ ਪਿਸਟਲ ਦੇ ਨਾਲ ਨਾਲ ਕੰਮ ਚਲਾਉਣ ਜੋਗਾ ਹੋਰ ਅਸਲਾ ਵੀ ਪ੍ਰਾਪਤ ਹੋ ਗਿਆ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਬਲਜਿੰਦਰ ਸਿੰਘ ਰਾਜੂ ਤਾਂ ਪਾਕਿਸਤਾਨ ਵਿੱਚੋਂ ਵੀ ਹਥਿਆਰਾਂ ਤੋਂ ਬਿਨਾਂ ਖਾਲੀ ਹੱਥ ਮੁੜ ਕੇ ਆਏ ਸਨ ਪਰ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਰਾਹੀਂ ਇਹਨਾਂ ਹਥਿਆਰਾਂ ਦੀ ਪ੍ਰਾਪਤੀ ਨਾਲ ਉਹਨਾਂ ਦੇ ਗਰੁੱਪ ਨੇ ਦਿੱਲੀ ਵਿੱਚ ਕੁਝ ਬੈਂਕਾਂ ਲੁੱਟਣ ਦੇ ਨਾਲ ਨਾਲ ਸਿੱਖ ਕੌਮ ਦੇ ਲੋਕੀਆਂ ਨੂੰ ਸੋਧਣਾ ਵੀ ਸ਼ੁਰੂ ਕਰ ਦਿੱਤਾ ਇਸ ਕਾਰਨ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਪਿਸਤਲ ਜਿਹੜਾ ਕਿ ਹਰਬੰਸ ਮਨ ਚੰਦਾ ਵਾਲੇ ਕੇਸ ਵਿੱਚ ਅਤੇ ਪੰਜਾਬ ਵਿੱਚ ਵੀ ਕਈ ਐਕਸ਼ਨਾਂ ਵਿੱਚ ਵਰਤਿਆ ਗਿਆ ਸੀ ਉਹੀ ਪਿਸਤਲ ਬਾਲ ਵਿੱਚ ਨਵੰਬਰ 1984 ਦੇ ਦੋਸ਼ੀ ਲਲਤ ਮਾਕਣ ਦੇ ਕਤਲ, ਹਰਜਨ ਦਾਸ ਦੇ ਕਤਲ ਅਤੇ ਫਿਰ ਪੂਨੇ ਵਿੱਚ ਜਰਨਲ ਵੈਦਿਆ ਦੇ ਕਤਲ ਵਿੱਚ ਵੀ ਵਰਤਿਆ ਗਿਆ। ਇਸ ਪਿਸਤਲ ਦੀ ਵਧੇਰੇ ਚਰਚਾ ਨਵੰਬਰ 1984 ਦੇ ਦੋਸ਼ੀਆਂ ਲਲਤ ਮਾਕਣ ਅਤੇ ਅਰਜਨ ਦਾਸ ਦੇ ਕਤਲ ਤੋਂ ਬਾਅਦ ਹੋਈ। ਪੰਥਕ ਮੈਗਜ਼ੀਨ ਸੰਪਰਕ ਦੇ ਅਕਤੂਬਰ 1985 ਦੇ ਅੰਕ ਵਿੱਚ ਭਾਰਤੀ ਜਾਂਚ ਏਜੰਸੀਆਂ ਅਤੇ ਸੂਤਰਾਂ ਦੇ ਹਵਾਲੇ ਨਾਲ ਵੱਖ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੇ ਵਿਸਥਾਰ ਤੇ ਆਧਾਰਿਤ ਇੱਕ ਰਿਪੋਰਟ ਹਰ ਹਸਮਈ ਮੌਜਰ ਦੇ ਸਰਲੇਖ ਹੇਠ ਛਾਪੀ ਗਈ। ਇਸ ਸਿਆਸਤਰ ਦੀ ਕਿੰਨੀ ਚਰਚਾ ਹੋ ਰਹੀ ਸੀ ਇਸ ਤੋਂ ਜਾਣੂ ਹੋਣ ਲਈ ਇਹ ਰਿਪੋਰਟ ਪੜ੍ਹਨੀ ਬਹੁਤ ਜ਼ਰੂਰੀ ਹੈ। ਹੇਠਾਂ ਸੰਪਰਕ ਮੈਗਜ਼ੀਨ ਵਿੱਚਲੀ ਉਕਤ ਰਿਪੋਰਟ ਹੂਬਹੂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ ਤਾਂ ਕਿ ਪਾਠਕ ਇਸ ਤੋਂ ਜਾਣੂ ਹੋ ਸਕਦਾ ਆਤੰਕਵਾਦੀਆਂ ਵੱਲੋਂ ਕੀਤੇ ਜਾਣ ਵਾਲੇ ਬਹੁਤ ਸਾਰੇ ਕਤਲਾਂ ਵਿੱਚ ਇੱਕ ਖਾਸ ਕਿਸਮ ਦੇ ਪਿਸਤੌਲ ਮੌਜ਼ਰ ਦਾ ਜ਼ਿਕਰ ਵਾਰ-ਵਾਰ ਆਇਆ ਹੈ ਦਿੱਲੀ ਵਿੱਚ ਪਿਛਲੇ ਸਾਲ 1984 28 ਮਾਰਚ ਨੂੰ ਹਰਬੰਸ ਸਿੰਘ ਮਨਚੰਦਾ ਦੇ ਕਤਲ ਵਿੱਚ ਇਹੋ ਮੌਜ਼ਰ ਪਿਸਤੌਲ ਹੀ ਇਸਤੇਮਾਲ ਕੀਤਾ ਗਿਆ ਸੀ ਉਸ ਤੋਂ 6 ਦਿਨ ਬਾਅਦ ਚੰਡੀਗੜ੍ਹ ਵਿੱਚ ਕਾਂਗਰਸ ਦੇ ਐਮਪੀ ਡਾਕਟਰ ਵਿਸ਼ਵਾਨਾਥ ਦਿਵਾੜੀ ਦੇ ਕਤਲ ਵਿੱਚ ਵੀ ਇਹੋ ਇਸਤੇਮਾਲ ਹੋਇਆ ਉਸੇ ਬਾਰੇ 12 ਮਈ ਨੂੰ ਪੰਜਾਬ ਕੇਸਰੀ ਹਿੰਦ ਸਮਾਚਾਰ ਸਮੂਹ ਪੱਤਰਾਂ ਦੇ ਐਡੀਟਰ ਸ੍ਰੀ ਰਮੇਸ਼ ਚੰਦਰ ਨੂੰ ਵੀ ਜਲੰਧਰ ਦੇ ਨਾਮਜੀਬ ਚੌਂਕ ਵਿੱਚ ਇਸੇ ਮੌਜਰ ਨਾਲ ਹੀ ਡੇਗ ਲਿਆ। ਇਸ ਸਾਲ 1985 31 ਜੁਲਾਈ ਨੂੰ ਕਾਂਗਰਸ ਦੇ ਐਮਪੀ ਲਲਤ ਮਾਕਨ ਦੀ ਹੱਤਿਆ ਸਮੇਂ ਵੀ ਇਸੇ ਮੌਜਰ ਨੂੰ ਵਰਤਿਆ ਗਿਆ। ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਲੈਬਾਰਟਰੀ ਦੀ ਰਿਪੋਰਟ ਤਾਂ ਇਹੋ ਦੱਸਦੀ ਹੈ ਕਿ ਮਾਕਨ ਦੇ ਕਤਲ ਵਿੱਚ ਇਸੇ ਹਥਿਆਰ ਨੂੰ ਇਸਤੇਮਾਲ ਕੀਤਾ ਗਿਆ। ਪਰ ਸਰਕਾਰ ਇਸ ਸਬੰਧ ਵਿੱਚ ਚੁੱਪ ਹੈ। ਇਹ ਮਾਕਨ ਦੇ ਕਤਲ ਵਿੱਚ ਇਸ ਹਥਿਆਰ ਦਾ ਇਸਤੇਮਾਲ ਹੋਇਆ ਮਨਚੰਦਾ ਦੇ ਕੇਸ ਵਿੱਚ ਸਰਕਾਰ ਨੇ ਦਾਵਾ ਕੀਤਾ ਸੀ ਕਿ ਦੋਸ਼ੀਆਂ ਦਾ ਸੁਰਾਗ ਮਿਲ ਗਿਆ ਹੈ ਪਰ ਹਥਿਆਰ ਦੀ ਬਰਾਮਦਗੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਸਰਦਾਰ ਵਿਰਸਾ ਸਿੰਘ ਨੂੰ ਕਤਲ ਦੀ ਸਾਜ਼ਿਸ਼ ਕਰਨ ਦੇ ਸਬੰਧ ਵਿੱਚ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਇਹ ਮੌਜੂਦਾ ਕਤਲਾਂ ਵਿੱਚ ਸ਼ਾਮਲ ਲੋਕ ਜੋ ਅਜੇ ਫੜੇ ਨਹੀਂ ਗਏ ਉਹਨਾਂ ਦੇ ਇਸੇ ਗਰੁੱਪ ਨਾਲ ਸੰਬੰਧਿਤ ਹੋਣ ਦੇ ਕਾਫੀ ਸਬੂਤ ਹਨ ਇਹਨਾਂ ਵਿੱਚ ਬਖਸ਼ੀਸ਼ ਸਿੰਘ ਮਾਲੋਵਾਲ ਤਲਵਿੰਦਰ ਸਿੰਘ ਸ਼ਿੰਦਾ ਕੋਈ ਸੂਤਰਾਂ ਅਨੁਸਾਰ ਇਸ ਨਾਮ ਹੇਠ ਭਾਈ ਅਨੂਕ ਸਿੰਘ ਉਬੋਕੇ ਵਿਚਰਦਾ ਸੀ ਪਰ ਉਹ ਉਸ ਸਮੇਂ ਜੋਧਪੁਰ ਜੇਲ੍ਹ ਵਿੱਚ ਬੰਦ ਸੀ ਭਾਈ ਹਰਜੀਤ ਸਿੰਘ ਸ਼ਾਮਲ ਹਨ ਜੋ ਸੰਤ ਜਨੈਲ ਸਿੰਘ ਢਿੰਡਰਾਵਾਲਿਆਂ ਦੇ ਚੇਲੇ ਹਨ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਘੱਟੋ ਘੱਟ ਭਾਈ ਬਖਸ਼ੀਸ਼ ਸਿੰਘ ਬਲੂ ਸਟਾਰ ਆਪਰੇਸ਼ਨ ਸਮੇਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ ਪਹਿਲਾ ਇਹ ਖਿਆਲ ਸੀ ਕਿ ਭਾਈ ਅਮਰੀਕ ਸਿੰਘ ਦਾ ਨਜ਼ਦੀਕੀ ਸਾਥੀ ਬਖਸ਼ੀਤ ਸਿੰਘ ਐਕਸ਼ਨ ਸਮੇਂ ਦਰਬਾਰ ਸੇਬ ਵਿੱਚ ਮਾਰਿਆ ਗਿਆ ਸੀ ਭਾਈ ਬਖਸ਼ੀਤ ਸਿੰਘ ਜੂਨ 1984 ਦੇ ਕੱਲੂ ਘਰ ਵਿੱਚ ਸ਼ਹੀਦ ਹੋ ਗਏ ਸਨ ਫਾਰੀਨਾ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਖੁਫੀਆ ਏਜੰਸੀਆਂ ਹੇਠ ਉੱਤੇ ਹੋ ਰਹੇ ਕਤਲਾਂ ਅਤੇ ਇਹਨਾਂ ਵਿੱਚ ਇੱਕ ਹਥਿਆਰ ਦੇ ਵਾਰ-ਵਾਰ ਵਰਤੇ ਜਾਣ ਦੇ ਮੱਦੇਨਜ਼ਰ ਭਾਈ ਬਖਸ਼ੀਤ ਸਿੰਘ ਦੇ ਜਿਉਂਦੇ ਜਾਂ ਸ਼ਹੀਦ ਹੋਣ ਸੰਬੰਧੀ ਦੋ ਚਿੱਤੀ ਵਿੱਚ ਸਨ ਜਲੰਧਰ ਵਿੱਚ ਪੁਲਿਸ ਨੂੰ ਬਖਸ਼ੀਤ ਸਿੰਘ ਦੀ ਤਲਾਸ਼ ਸੀ ਕਿਉਂਕਿ ਰਮੇਸ਼ ਦੇ ਕਤਲ ਵਿੱਚ ਉਹ ਲੋੜੀਂਦਾ ਸੀ ਇੰਟੈਲੀਜੈਂਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮਾਕਨ ਦੇ ਕਤਲ ਵਿੱਚ ਗਵਾਹਾਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਹਿਸਾਬ ਨਾਲ ਜਿਸ ਵਿਅਕਤੀ ਨੇ ਮੌਜ਼ਰ ਨਾਲ ਲਲਤ ਮਾਕਨ ਤੇ ਹਮਲਾ ਕੀਤਾ ਉਹ ਕੋਈ ਹੋਰ ਨਹੀਂ ਸਗੋਂ ਬਖਸ਼ੀਤ ਸਿੰਘ ਹੀ ਸੀ ਲਲਤ ਮਾਕਨ ਦੇ ਕਤਲ ਦੀ ਮੁਕੰਮਲ ਜਾਣਕਾਰੀ ਭਾਈ ਹਰਜਿੰਦਰ ਸਿੰਘ ਜੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਖੁਦ ਲਿਖੀ ਹੈ ਜਿਸ ਨੂੰ ਕਿਤਾਬ ਅਸੀਂ ਆਤਵਾਦੀ ਨਹੀਂ ਵਿੱਚ ਪੜਿਆ ਜਾ ਸਕਦਾ ਹੈ। ਦਿੱਲੀ ਪੁਲਿਸ ਨੇ ਸੰਗਰੂਰ ਬਰਨਾਲਾ ਤੇ ਜਲੰਧਰ ਤੋਂ ਜੋ ਤਪਦੀਸ਼ ਕੀਤੀ ਹੈ ਉਸ ਮੁਤਾਬਕ ਵੀ ਬਖਸ਼ੀਰ ਸਿੰਘ 골ਡਨ ਟੈਂਪਲ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ। ਇੱਕ ਇੰਟੈਲੀਜੈਂਸ ਅਫਸਰ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਹੈ ਕਿ ਤਲਵਿੰਦਰ ਸਿੰਘ ਸ਼ਿੰਦਾ ਕਿਸੇ ਜਗ੍ਹਾ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ। ਤਪਦੀਸ਼ੀ ਅਫਸਰਾਂ ਦਾ ਖਿਆਲ ਹੈ ਕਿ ਪਾਲਕਾ ਬਾਜ਼ਾਰ ਸ਼ਾਪਿੰਗ ਸੈਂਟਰ ਕਨਾਟ ਪਲੇਸ ਦਿੱਲੀ ਵਿੱਚ 8 ਮਾਰਚ 1983 ਨੂੰ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਗੋਟਨ ਨਲੇਬ ਮੁਲਕਾਂ ਦੇ ਚੇਅਰਮੈਨ ਚੁਣੇ ਗਏ ਵਿਛਿੰਦੇ ਨੇ ਹੀ ਬੰਬ ਸੁੱਟੇ ਸਨ ਇਹ ਸਭ ਕਾਸੇ ਦੀ ਜ਼ਿੰਮੇਵਾਰੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਲੈ ਲਈ ਸੀ ਅਸਲ ਵਿੱਚ ਫੈਡਰੇਸ਼ਨ ਨੇ ਜ਼ਿੰਮੇਵਾਰੀ ਨਹੀਂ ਸੀ ਲਈ ਪਰ ਸਰਕਾਰ ਨੇ ਇਸ ਲਈ ਫੈਡਰੇਸ਼ਨ ਨੂੰ ਜ਼ਿੰਮੇਵਾਰ ਦੱਸਿਆ ਸੀ ਦਿੱਲੀ 'ਚ ਇਹ ਸ਼ਹਿਰੀ ਆਤੰਗਵਾਦ ਦਾ ਪਹਿਲਾ ਮੌਕਾ ਸੀ ਮਹਾਨਗਰ ਦੇ ਕਈ ਖਬਰਾਂ ਨੂੰ ਬਿਆਨ ਦਿੰਦਿਆਂ ਕਿਹਾ ਗਿਆ ਸੀ ਅਸੀਂ ਦਿੱਲੀ ਵਿੱਚ ਗੋਟਨਰ ਲਈ ਸਿੱਖਰ वार्ता ਦੇ ਮੌਕੇ ਤੇ ਜਿੱਥੇ ਵੀ ਤੇ ਜਦੋਂ ਵੀ ਚਾਹੀਏ ਮੁਸੀਬਤ ਖੜੀ ਕਰ ਸਕਦੇ ਹਾਂ ਪਰ ਅਸੀਂ ਹਿੰਸਾ ਤੇ ਤੋੜ-ਫੋੜ ਵਿੱਚ ਕੰਗਰੀਨ ਨਹੀਂ ਰੱਖਦੇ ਸੰਪਰਕ ਮੈਗਜ਼ੀਨ ਅਕਤੂਬਰ 1985 ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਇਸ ਹਥਿਆਰ ਨਾਲ ਜਿਹਾਰੂ ਸਿੰਘਾ ਨੇ ਕਿੰਨੇ ਸਨ ਕੀਤੇ ਅਤੇ ਪੁਲਿਸ ਅਤੇ ਖੁਫੀਆ ਏਜੰਸੀਆਂ ਇਸ ਹਥਿਆਰ ਦੀ ਵਾਰ-ਵਾਰ ਹੋ ਰਹੀ ਵਰਤੋਂ ਕਾਰਨ ਤੇੰੀਆਂ ਬੌਂਦਲੀਆਂ ਹੋਈਆਂ ਸਨ ਅਸਲ ਵਿੱਚ ਇਸ ਸ਼ਸਤਰ ਨਾਲ ਕਈ ਸਫਲ ਐਕਸ਼ਨ ਹੋਣ ਤੋਂ ਬਾਅਦ ਗੁਜਾਰੂ ਸਿੰਘਾਂ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਸੀ ਕਿ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਇਸ ਪਿਸਟਲ ਨੂੰ ਗੁਰੂ ਦੀ ਬਖਸ਼ਿਸ਼ ਹੈ ਅਤੇ ਇਸ ਨਾਲ ਕੀਤਾ ਹੋਇਆ ਕੋਈ ਵੀ ਫਾਇਰ ਖਾਲੀ ਨਹੀਂ ਜਾਂਦਾ ਇਸੇ ਹੀ ਸ਼ਸਤਰ ਨਾਲ ਹੋਏ ਵੈਦਿਆ ਦੇ ਕਤਲ ਤੋਂ ਬਾਅਦ ਜਦੋਂ ਕੋਈ ਦਿਨਾਂ ਪਿੱਛੋਂ ਇਹ ਪਿਸਟਲ ਭਾਈ ਸੁਖਦੇਵ ਸਿੰਘ ਸੁਖਾ ਤੇ ਭਾਈ ਨਿਰਮਲ ਸਿੰਘ ਨਿੰਮਾ ਜੋ ਫੜਿਆ ਗਿਆ ਪੁਲਸ ਤਬਦੀਸ਼ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਜੁਝਾਰੂ ਸਿੰਘ ਇਸ ਪਿਸਟਲ ਨੂੰ ਭਾਗਾਵਾਲਾ ਸਮੇਂ ਦੇਸਾਰ ਹਸਲ ਵਿੱਚ ਇਸ ਸ਼ਸਤਰ ਨਾਲ ਵੈਦਿਆ ਨੂੰ ਕਤਲ ਕਰਨ ਪਿੱਛੋਂ ਭਾਈ ਜਿੰਦਾ ਸੁੱਖਾ ਨੂੰ ਇਹ ਸ਼ਸਤਰ ਪੂਨੇ ਵਿੱਚ ਹੀ ਪਰਾਇ ਤੇਲੇ ਆਪਣੇ ਕਮਰੇ ਵਿੱਚ ਰੱਖ ਦਿੱਤਾ ਸੀ ਅਤੇ ਖੁਦ ਪੂਨੇ ਤੋਂ ਨਿਕਲ ਗਏ ਸਨ। ਕੁਝ ਦਿਨਾਂ ਬਾਅਦ 7 ਸਤੰਬਰ 1986 ਨੂੰ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਨਿਰਮਲ ਸਿੰਘ ਨਿੰਮਾ ਦੁਬਾਰਾ ਪੂਨੇ ਆ ਕੇ ਸਾਹਮਣੇ ਹੋਏ ਹਥਿਆਰ ਲੈ ਕੇ ਜਦੋਂ ਵਾਪਸ ਜਾਣ ਲੱਗੇ ਇੱਕ ਐਕਸੀਡੈਂਟ ਤੋਂ ਬਾਅਦ ਘੇਰੇ ਵਿੱਚ ਆਉਣ ਕਾਰਨ ਗ੍ਰਿਫਤਾਰ ਕਰ ਲਏ ਗਏ ਉਸ ਸਮੇਂ ਇਹ ਪਿਸਤਲ ਪੁਲਸ ਦੇ ਹੱਥ ਆ ਗਿਆ ਐਕਸੀਡੈਂਟ ਕਾਰਨ ਪਿਸਤਲ ਡੱਬ ਵਿੱਚੋਂ ਡਿੱਗ ਪਿਆ ਸੀ ਜਾਂਚ ਏਜੰਸੀਆਂ सीबीआई ਦੇ ਹਵਾਲੇ ਨਾਲ ਇੰਡੀਆ ਟੂਡੇ ਵਿੱਚ ਪ੍ਰਕਾਸ਼ਿਤ ਸਟੋਰੀ ਵਿੱਚ ਇਹ ਖੁਲਾਸਾ ਵਿਸ਼ੇਸ਼ ਤੌਰ ਤੇ ਕੀਤਾ ਗਿਆ ਹੈ ਕਿ ਭਾਈ ਸੁਖਦੇਵ ਸਿੰਘ ਸੁਖਾ ਨੂੰ ਇਸ ਮੌਜੂਦ ਪਿਸਤਲ ਉਤੇ ਪਰਾਮਾਰਧਿਨਾ ਵਿਸ਼ਵਾਸ ਸੀ ਇੰਡੀਆ ਟੂਡੇ ਦੇ 30 ਸਤੰਬਰ 1986 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਇਹ ਵਿਸ਼ੇਸ਼ ਸਟੋਰੀ ਬਾਅਦ ਵਿੱਚ 13 ਫਰਵਰੀ 1914 ਦੇ ਆਨਲਾਈਨ ਅੰਕ ਵਿੱਚ ਅਪਡੇਟ ਕਰਕੇ ਦੁਬਾਰਾ ਪਬਲਿਸ਼ ਹੋਈ ਕਿਉਂ ਖੁਫੀਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਛਪੀਆਂ ਇਨ੍ਹਾਂ ਰਿਪੋਰਟਾਂ ਵਿੱਚ ਆਏ ਵੇਰਵੇ ਪ੍ਰਤੱਖ ਦੱਸਦੇ ਹਨ ਕਿ ਜਿੱਥੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਹੱਥਾਂ ਵਿੱਚ ਤਿਆਰ ਹੋਏ ਕਈ ਯੋਧੇ ਲੰਬੇ ਸਮੇਂ ਤੱਕ ਉਸ ਦੀ ਸੋਚ ਅਨੁਸਾਰ दुष्टानों दूर-दूर जाके सोडदे रहे उथे सरदार हरमिंदर सिंह संधू दा ए पिस्तल वी ओन्ना योद्धां दा पूरा साथ द인다 ਰਹਾ ਚਕਾਉਣ ਲਈ ਸਾਈਜੈਕਿੰਗ ਦੀ ਸਕੀਮ 1984 ਦੇ ਮਈ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਇਹ ਸਪਸ਼ਟ ਹੋ ਗਿਆ ਸੀ ਕਿ ਭਾਰਤੀ ਹਕੂਮਤ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦਾ ਫੈਸਲਾ ਕਰ ਚੁੱਕੀ ਹੈ ਦਿਨ ਪੰਜਾਬ ਦੀ ਘੇਰਾਬੰਦੀ ਕਰਕੇ ਇਹ ਸਾਰੀ ਹਲਚਲ ਨੂੰ ਦੁਨੀਆ ਤੋਂ ਲਕਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਸੀ। ਸੰਤ ਭਿੰਡਰਾਂ ਵਾਲਿਆਂ ਨੇ ਆਪਣੇ ਸਿੰਘਾਂ ਨੂੰ ਕਹਿ ਦਿੱਤਾ ਸੀ ਕਿ ਜਿਹੜਾ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ। ਤੰਗਿਆਂ ਵਰਗੇ ਧਰਮੀ ਮਰ ਜੀਵੜਿਆਂ ਵਿੱਚੋਂ ਕੋਈ ਵੀ ਜਾਨ ਬਚਾਉਣ ਲਈ ਨਿਕਲਣ ਵਾਸਤੇ ਤਿਆਰ ਨਾ ਹੋਇਆ। ਜਦੋਂ ਇਹ ਸਾਰਾ ਵਰਤਾਰਾ ਵਾਪਰਿਆ ਸੀ ਤਾਂ ਭਾਈ ਅਮਰੀਦ ਸਿੰਘ ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਦਰਬਾਰ ਸਾਹਿਬ ਦਿਵਾਲਿਓਂ ਕੀਰਾ ਝੁਕਾਉਣ ਲਈ ਫੈਡਰੇਸ਼ਨ ਵੱਲੋਂ ਕੁਝ ਕਦਮ ਚੁੱਕਣ ਤੇ ਵਿਚਾਰ ਕੀਤਾ। ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਆਪਣੇ ਵਿਸ਼ਵਾਸਯੋਗ ਫਾਡੇਸ਼ਨ کارਕੁਨ ਪਰਮਿੰਦਰ ਸਿੰਘ ਹਰਫਨ ਮੋਲਾ ਨੂੰ ਆਪਣੇ ਕੋਲ ਸੱਦਿਆ ਭਾਈ ਪਰਮਿੰਦਰ ਸਿੰਘ ਹਰਫਨ ਮੋਲਾ ਜਿਸ ਦਾ ਜਨਮ 23 ਮਾਰਚ 1963 ਨੂੰ ਸਰਦਾਰ ਅਰਜਨ ਸਿੰਘ ਤੇ ਬੀਬੀ ਹਰਮੀਤ ਕੌਰ ਦੇ ਘਰ ਵਿਖੇ ਹੋਇਆ ਦੋ ਭਰਾਵਾਂ ਵਿੱਚੋਂ ਵੱਡਾ ਸੀ ਇਹਨਾਂ ਦਾ ਘਰ ਚੰਡੀਗੜ੍ਹ ਦੇ ਸੈਕਟਰ 19 ਸੀ ਵਿੱਚ ਸੀ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿੱਚ ਪੜ੍ਹਦਾ ਸਿੱਖ ਸਟੂਡੈਂਟ ਫਾਡੇਸ਼ਨ ਦਾ ਮੈਂਬਰ ਬਣਨ ਤੋਂ ਬਾਅਦ ਸਰਦਾਰ ਹਰਮਿੰਦਰ ਸਿੰਘ ਦਾ ਨੀੜਲਾ ਸਾਥੀ ਬਣ ਗਿਆ ਸੀ। ਇਸ ਸਮੇਂ ਹਰਫਨ ਮੌਲਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਰਹਿ ਰਿਹਾ ਸੀ। ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਉਸ ਨੂੰ ਸੱਦਿਆ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਨਿਕਲ ਕੇ ਕੁਝ ਹੋਰ ਫਰਡੇਸ਼ਨ ਵਰਕਰਾਂ ਨੂੰ ਨਾਲ ਲੈ ਕੇ ਇੱਕ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰਨ ਦੀ ਡਿਊਟੀ ਲਈ। ਹਰਫਨ ਮੌਲਾ ਨੂੰ ਸਮਝਾ ਦਿੱਤਾ ਕਿ ਜਹਾਜ਼ ਅਗਵਾ ਕਰਨ ਤੋਂ ਬਾਅਦ ਪਹਿਲੀ ਮੰਗ ਸ੍ਰੀ ਦਰਬਾਰ ਸਾਹਿਬ ਦੀ ਚਾਰ ਚਫੇਰਿਓਂ ਕੀਤੀ ਗਈ ਫੌਜੀ ਤੇਰਾਬੰਦੀ ਨੂੰ ਹਟਾਉਣ ਦੀ ਕਰਨੀ ਹੈ ਜਦਕਿ ਦੂਜੀ ਸਿੱਖਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਅਤੇ ਸਿੱਖ ਕੌਮ ਨੂੰ ਆਜ਼ਾਦ ਖੇਤਾਂ ਦੇਣ ਦੀ ਬਰਮਿੰਦਰ ਸਿੰਘ ਹਰਖਰ ਮੋਲਾ ਸਾਰੀ ਗੱਲ ਸਮਝ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਨਿਕਲ ਗਿਆ ਪੰਜਾਬ ਵਿੱਚ ਚੱਪੇ-ਚੱਪੇ ਤੇ ਸੀਆਰਪੀ ਅਤੇ ਫੌਜ ਤਾਇਨਾਤ ਸੀ ਇਸ ਲਈ ਹਰਖਰ ਮੋਲਾ ਨੇ ਹਵਾਈ ਜਹਾਜ਼ ਅਗਵਾ ਕਰਨ ਲਈ ਜੰਮੂ ਕਸ਼ਮੀਰ ਜਾਣ ਨੂੰ ਤਰਜੀਹ ਦਿੱਤੀ ਕਿਤਾਬ ਰੋਸ਼ਨ ਦਿਮਾਗ ਫਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ ਤੁਸੀਂ ਸੁਣ ਰਹੇ ਸੀ 14ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਗਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ